तो राम राम दोस्तों स्वागत है आपका एक और नए व्लॉग में आज का व्लॉग थोड़ा लेट है रहा। पर आज के व्लॉग में आपनो इंफॉर्मेशन देवांगे बहुत तगड़ी जैसा कि आप सबनु ही पता कि शंभू बॉर्डर पर चल रहा किसान आंदोलन जिसकी वजह से रास्ता और है बंद तो आज आपनु बतावांगे अगर आपने लुधियाना या जालंधर जाना तो कहां नु चलना कल का चौक पता आपनु ले लेना सर्विस लेन पर सर्विस लेन पर चलते चलते दे जिएओ देखो आगे आवागा एचपी का पंप एचपी का पंप थोड़ा सा ही आप जैसे ही क्रॉस करंगे ਤੋ ਉਸਕੇ ਬਾਅਦ ਦਿਖੇਗਾ ਆਪ ਨੂੰ ਗੁਰਦੁਆਰਾ ਵੈਸੇ ਸਿੱਧਾ ਹੀ ਵਜਾਤਾ ਜੀ ਪਹਿਲੋਂ ਪਰਿਵੋਰ ਹੈ ਬਿਲਕੁਲ ਜੈਸ ਤਰ੍ਹਾਂ ਹੀ ਆਪ ਨੂੰ ਦਿਖਾਗਾ ਗੁਰਦੁਆਰਾ ਗੁਰਦੁਆਰੇ ਬਤ ਲੈਣਾ ਆਪ ਨੂੰ ਲੈਫਟ ਅੱਜ ਕੀ ਸਵਾਰੀ ਕਰ ਰਹੇ ਹਮ ਦੂਸਰੀ ਗੱਡੀ ਮਾ ਕਿਉਂਕਿ ਮਰੇ ਵਾਲੀ ਗੱਡੀ ਜਹਰੀ ਸੀ ਕਹੀਂ ਬਾਹਰ ਤੋ ਯੋ ਦੇਖੋ ਜੀ ਯੋ ਦਿਖ ਰਿਹਾ ਆਪ ਨੂੰ ਗੁਰਦੁਆਰਾ ਇਸ ਗੁਰਦੁਆਰੇ ਮਤੇ ਆਪਨੇ ਗੋ ਕੇ ਅੰਦਰ ਕਰਨੀ ਹੈ ਐਂਟਰੀ ਇਹ ਯੋ ਦੇਖੋ ਜੀ ਯਹਾਂ ਤੇ ਕਰ ਲੈਣਾ ਆਪਨੇ ਲੈਫਟ ਵੈਸੇ ਯਹਾਂ ਬੋਰਡ ਵੀ ਲੱਗ ਰਿਹਾ ਜੀ ਮੁੜਦੇ ਆਪ ਨੂੰ ਦਿਖ ਜਾਗਾ लुधियाना जालंधर राजपुरा उसके बाद इस गोमत क्रॉस का। कर काका पहुंचਣਾ ਆਪਣੇ ਸਿੱਧਾ ਅੱਗਾ ਦਿਖਾਗਾ ਤੁਹਾਨੂੰ ਕੈਥਲ ਵਾਲਾ ਹੀ ਵੇ ਇਸ ਕੈਥਲ ਵਾਲਾ ਹੀ ਵੇ ਬਾਅਦ ਆਪਣੇ ਫੇਰ ਲੈਫਟ ਲੈਗਾ ਯੂ ਟਰਨ ਲੇਗਾ ਵਾਪਸ ਆਣਾ ਜੀ ਥੋੜਾ ਜੀ ਚੱਲਾਂ ਜੀ 100 ਮੀਟਰ ਜਾਂ 200 ਮੀਟਰ ਚੱਲਗਾ ਫੇਰ ਆਮਨੇ ਯੂ ਟਰਨ ਲੇਗਾ ਇਸ ਯੂ ਟਰਨ ਕੇ ਬਾਅਦ ਆਮਨੇ ਐਂਟਰੀ ਕਰਨੀ ਕੇ ਲਗੋਵਾ 100 ਮੀਟਰ 200 ਮੀਟਰ ਮੁਸ਼ਕਿਲ ਹੀ ਆ ਜੀ ਅਗਰ ਆਪ ਨੂੰ ਰੋਤ ਤੱਕ ਕੈਥਲ ਪਾਣੀ ਪਜਾਣਾ ਹੋ ਤੋ ਇਹ ਰੋਡ ਬਿਲਕੁਲ ਸਿੱਧਾ ਹੀ ਵੇ ਆਮ ਨੂੰ ਵਹੀ ਨਿਕੜਾਗਾ ਜੀ ਇਹ ਦੇਖੋ ਜੀ ਇਹਾਂ ਥੋੜਾ ਸਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਪੁਲ ਲੱਗ ਰਿਹਾ ਬਣਨ ਇਹ ਦੇਖੋ ਜੀ ਉਹ ਲੈ ਲਿਆ ਇਹਾਂ ਤੇ ਯੂ ਟਰਨ ਯੂ ਟਰਨ ਲੈਂਦੇ ਹੀ ਆਪ ਨੂੰ ਆਪਕੇ ਲੈਫਟ ਸਾਈਡ ਮਾ ਫੇਰ ਇੱਕ ਗੋਂ ਕਾ ਬੋਰਡ ਦਿਖਾਗਾ ਇਹਾਂ ਪੁਲਸ ਵਾਲਿਆਂ ਕਾ ਵੀ ਨਾ ਕਾ ਲੱਗ ਰਿਹਾ ਦੇਖੋ ਜਿਪਸੀ ਖੜੀ ਇਹਾਂ ਤੇ ਵੀ ਥੋੜਾ ਹੀ 100 ਮੀਟਰ ਚੱਲਣਾ ਵੈਸੇ ਉਸ ਕੱਟ ਕੇ ਆਮਣੀ ਸਾਹਮਣੀ ਤਾਂ ਆਇਓ ਪਰ 100 ਮੀਟਰ ਚੱਲਨੇ ਕੇ ਬਾਅਦ ਆਪ ਨੂੰ ਲੈਫਟ ਮਾ ਮੁੜਨਾ ਬਹੁਤ ਬੜਾ ਗੇਟ ਲੱਗ ਰਿਹਾ ਗੇਲ ਗੋਂ ਕਾ ਵੈਸੇ ਦੋਸਤੋ ਆਪ ਨੂੰ ਪਹਿਲਾਂ ਹੀ ਬਤਾਇ ਦਿਆਂ ਕਦੀ ਆਪ ਜਾ ਕੇ ਬਰਾਨ ਹੋ ਇਸ ਰੋਡ ਪਾ ਆਪ ਨੂੰ 1.9 ਯਾਨੀ ਕਿ ਪੂਰਾ 2 ਕਿਲੋਮੀਟਰ ਵੀ ਨਹੀਂ ਹੈ ਜਿੰਨਾ ਆਪ ਨੂੰ ਕੱਚਾ ਰਸਤਾ ਦੇਖਣਾ ਔਰ ਉਸ ਪਰ ਵੀ ਬੜੀਆ ਲੋਕਾਂ ਨੇ ਚੱਲ ਚੱਲ ਕੇ ਗੱਡੀਆਂ ਠੀਕ ਰਸਤਾ ਬਣਾ ਰਿਹਾ ਖੱਡੇ ਤੋਂ ਐ ਥੋੜੇ ਇਹ ਦੇਖੋ ਯਹਾਂ ਨੇ ਦੋ ਚਾਰ ਬੋਰਡ ਲੱਗ ਰਹੇ ਯਹਾਂ ਤੇ ਲੈ ਲੈਣਾ ਆਪਣੇ ਫਿਰ ਦੁਬਾਰੇ ਤੇ ਲੈਫਟ ਇਹ ਵੀ ਉਹ ਐਂਟਰ ਹੋ ਗਿਆ ਮਗੋਮਾ ਇਹ ਆ ਫੇਰ ਅੱਗਾ ਆਪ ਨੂੰ ਇੱਕ ਪੁਲਿਸ ਕਨਕਾ ਮਿਲੇਗਾ ਪਰ ਕੋਈ ਦਿੱਕਤ ਨਹੀਂ ਹੈ ਛੋਟੀ ਗੱਡੀ ਨੂੰ ਬਿਲਕੁਲ ਨਹੀਂ ਰੋਕਦੇ ਬਾਕੀ ਵੱਡੀ ਗੱਡੀਆਂ ਨੂੰ ਥੋੜੀ ਜਿਹੀ ਦਿੱਕਤ ਆ ਇਸ ਗੋਂ ਨੂੰ ਕ੍ਰੋਸ ਕਰਦੇ ਹੀ ਉਹ ਆ ਜਾਗਾ ਜੀ ਦੇਖੋ ਕੱਚਾ ਰਸਤਾ ਜਿਸ ਰਸਤੇ ਦੀ ਆਪ ਨੂੰ ਬਾਤ ਕਰੀ ਸੀ ਜਿਆਦਾ ਲੰਬਾ ਨਹੀਂ ਐ ਨਾ ਕੋਈ ਜਿਆਦਾ ਟ੍ਰੈਫਿਕ ਹੋ ਆ ਬਾਈ ਇਸ ਰੋਡ 'ਪਾ ਟਰੱਕਾਂ ਦਾ ਟ੍ਰੈਫਿਕ ਤਾਂ ਪਹਿਲਾਂ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ 1.9 ਕਿਲੋਮੀਟਰ ਚੱਲਣੇ ਕੇ ਬਾਅਦ ਫੇਰ ਆਪ ਨੂੰ ਬਿਲਕੁਲ ਪੱਕੀ ਸੜਕ ਮਿਲ ਜਾਏਗੀ ਉਹ ਦੇਖੋ ਜੀ ਜੋ ਬਿਲਕੁਲ ਆਸਟ ਮੋਸਤੇ ਦੂਸਰੇ ਗੋਂ ਮਾ ਨਿਕੜਗਾ ਸਾਹਮਣੇ ਆਪ ਨੂੰ ਦਿਖਾਗਾ ਆਈਵੇਜੋ ਜਲੰਧਰ ਵਾਲਾ 메ਨ ਆਈਵੇਆ ਯਹਾਂ ਸੇ ਆਪ ਨੂੰ ਗੁਰਦੁਆਰੇ ਕੇ ਪਾਸ ਤੇ ਬਿਲਕੁਲ ਫੇਰ ਦੁਬਾਰੇ ਤੇ ਲੈਫਟ ਲੈਣਾ ਬਸ ਜਿਸ ਤਰ੍ਹਾਂ ਹੀ ਅਗਰ ਆਪਨੇ ਬਾਅਦ ਉਧਰ ਤੇ ਵਾਪਸ ਆਣਾ ਤੋਂ ਅਗਰ ਆਪ ਲੁਧਿਆਣੇ ਵਾਲੀ ਸਾਈਡ ਤੇ ਵਾਪਸ ਆਵਾਂਗੇ ਤਾਂ ਆਪ ਨੂੰ ਵਾਹ ਤੇ ਫੇਰ ਰੋਂਗ ਸਾਈਡ ਚੱਲ ਕੇ ਰਾਈਟ ਲੈ ਲੈਣਾ ਸੇਮ ਯੋਹੀ ਰਸਤਾ ਰਹੇਗਾ ਜੀ ਬਿਲਕੁਲ ਔਰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਪਰ ਹਾ ਅਗਰ ਬਾਰਸ਼ ਮਾ ਆਪ ਇਧਰ ਨੂੰ ਫਸਾਂਗੇ ਤਾਂ ਦੇਖੋ ਇਸ ਕੱਚੇ ਰਸਤੇ 'ਤੇ ਵਫਸਣੇ ਕੇ ਚਾਂਸ ਪੂਰੇ ਪੂਰੇ ਆ। ਵੈਸੇ ਕਈ ਰਸਤੇ ਹੋਰ ਵੀ ਆ ਜਿਸ ਤੋਂ ਜਿਰਖਪੁਰ ਬਨੂੜਨੋ ਕਾ ਜਾ ਜੀ ਗੱਡੀ ਆਪਕੀ ਬਰਵਾਲੇ ਨੋ ਕਾ ਅਗਰ ਮੁਲਾਣਾਣਾ ਆਪਨੇ। ਅੰਬਾਲੇ ਵਸਤਾ ਵੀ ਆਪ ਸਿੱਧਾ ਹੀ ਆਈ ਵਲੇ ਇਸ ਕੱਡੇ ਰਵਸੀ ਜਿਰਖਪੁਰ। ਇਹ ਦੇਖੋ ਜੀ ਇਹ ਆ ਗਿਆ ਗੁਰਦੁਆਰਾ। ਇਹ ਮੀਹਾਂ ਤੇ ਲੈ ਲੈਣਾ ਜੀ ਲੈਫਟ ਦਵਾਰੇ ਤੇ। ਇਹ ਸਾਹਮਣੇ ਦਿਖ ਰਿਹਾ ਜੀ ਆਪ ਨੂੰ ਆਈ ਵੇ। ਉਸਕੇ ਬਾਅਦ ਚੜ ਗਏ ਅੰਬੀ ਆਈ ਵੇ ਕੇ ਉੱਪਰ। ਅੱਗ ਆ ਜਾਏਗਾ ਪਹੁੰਚੇ ਅਮਨੇ ਜਾਣਾ ਤਾਂ ਅੱਜ ਕਪੂਰਥਲਾ। ज़्यादा देर का रास्ता नहीं सिर्फ दस या पंद्रह मिनट लगे देखो जी वापसियों भी आपने ही पहचान कर लेनी यहीं से तो जहाँ तो आपने मुड़ना किसाना की ट्रैलियाँ खड़ी हाँ जहाँ तो मुड़ने के बाद सीधा चढ़ गया अंबी हाईवे के ऊपर और करी अपनी अगे की जर्नी शुरू तो ठीक है दोस्तों इस तरह की इनफॉरमेसन वाली वीडियो देखने वास्तव चैनल में कर दौ सबसक्राइब लाइक शेयर कमेंट ज़्यादा से ज़्यादा करो फुल सपोर्ट दिखाओ दोस्तों अपनी ਆਮ ਚੜ੍ਹ ਗਿਆ ਦੇਖੋ ਜੀ ਇਹ ਘੁਰ ਗੱਡੀ ਆ ਰਹੀ ਵਸੀ ਜੋ ਸਾਈਡ ਮੈਂ ਸਰਵਿਸ ਰੋਡ ਦੇਖ ਰਿਹਾ ਆਪ ਨੂੰ ਇਸੇ ਪਨਵਾਣਾ ਇਹੋ ਖੜੇ ਜੀ ਮਾਰੇ ਕਿਸਾਨ ਭਾਈਆਂ ਦੀਆਂ ਕਿ ਟ੍ਰੈਲੀਆਂ ਪੂਰਾ ਡਟਕਾ ਕਰ ਰੇ ਸਾਹਮਣਾ ਆ ਭੜਿਆ ਕੰਮ ਸਤਾ